ਆਪਣੇ ਸਰਪੰਚ ਸਾਹਿਬ ਆਤਰ ਸਿੰਘ ਜੀ ਦਾ ਸੁੱਤੇ ਪਏ ਨੇ, ਦੋ ਬੰਦੇ ਉਹਨਾਂ ਨਾਲ ਹੋਰ ਸੁੱਤੇ ਪਏ ਨੇ ਸੀ, ਤਿੰਨੇ ਜਣੇ ਅਸੀਂ ਚੱਲੇ ਆਂਗੇ ਫੋਟੋ ਫੂਟਾ ਕਲਿੱਕ ਕਰਨ। ਉਹਨਾਂ ਦਾ ਹਜੇ ਟਾਈਮ ਨਹੀਂ ਹੋਇਆ ਉੱਠਣ ਦਾ, ਇਸ ਕਰਕੇ ਉਹ ਪਏ ਨੇ ਸੁੱਤੇ। ਸਾਡੇ ਤਾਂ ਆਪ ਵਿਚਾਰੇ ਬੋਲ ਬੋਲ ਕੇ ਗਲੇ ਜਮ੍ਹਾਂ ਬੈਠੇ ਪਏ ਨੇ, ਅਤੇ ਹੁਣ ਅਸੀਂ ਮਾੜਾ ਮੋਟਾ ਫੋਟਾ ਖਿੱਚ ਕੇ ਹੋ ਕੇ ਫਰੈਸ਼ ਫਿਰ ਅੱਗੇ ਖਿੱਚਾਂਗੇ, ਤਿਆਰੀ ਤੁਹਾਨੂੰ ਦਿਖਾਵਾਂਗੇ ਅੱਗੇ, ਅਤੇ ਬਾਕੀ ਤੁਹਾਨੂੰ ਦੱਸ ਦੇ ਅੱਗੇ ਜਾ ਕੇ ਕੀ ਪ੍ਰੋਗਰਾਮ ਹੈ। ਅਸੀਂ ਫਿਰਦੇ ਹਾਂ ਜੀ ਮਨਾਲੀ ਮਾਲ ਰੋਡ ਤੋਂ ਥੋੜ੍ਹਾ ਜਿਹਾ ਨੀਚੇ, ਬਾਕੀ ਤੁਸੀਂ ਦੇਖ ਸਕਦੇ ਹੋ ਕੀ ਮੌਸਮ ਹੈ ਇੱਥੇ। ਇਹ ਇੰਦਰ ਇੰਦਰ ਚੱਲਿਆ ਮੂਹਰੇ ਜਸ਼ਨਾ, ਇੱਦੂ ਵੀ ਮੂਹਰੇ ਜਾਂਦਾ ਜਸ਼ਨਾ, ਕਹਿੰਦਾ ਮੈਂ ਹੀ ਹਾਂ ਬਸ। ਜਸ਼ਨਾ ਕਹਿੰਦਾ ਸਭ ਤੋਂ ਪਹਿਲਾਂ ਤਾਂ ਮੈਂ ਵੀਰੇ ਲੱਸੀ ਪੀਣੀ ਹੈ। ਹੈਂ ਜਸ਼ਨ ਬਾਈ, ਜਸ਼ਨ ਲੱਸੀ ਪੀਣੀ ਹੈ ਵੀਰੇ, ਲੱਸੀ ਪੀਣੀ ਹੈ ਬਾਈ ਜਸ਼ਨ ਕਹਿੰਦਾ। ਇਹਦਾ ਲੰਬੀ ਦਾ ਇਹਦਾ ਵੀਰੇ ਕਾਲਜ ਦਾ ਦਿੱਤਾ ਹੋਇਆ ਪਿਆ, ਆਪਾਂ ਨੂੰ ਵੀਰੇ ਲੱਸੀ ਦਾ ਕੋਈ ਚੱਕਰ ਨਹੀਂ ਹੈਗਾ। ਸੋ ਅਸੀਂ ਨੀਚੇ ਜਾ ਰਹੇ ਹਾਂਗੇ, ਬਾਕੀ ਤੁਹਾਨੂੰ ਜਾ ਕੇ ਲੱਭੀ ਹੋਰੀ ਪਹੁੰਚ ਚੁੱਕੇ ਨੇ ਲੱਸੀ ਲੈਣ, ਇੰਦਰ ਐਂਡ ਲੰਬੀ। ਵੀਰੇ ਲੱਸੀ ਮਿਲੂ ਇੱਥੋਂ ਵੀਰੇ, ਇੱਧਰ ਆਇਓ, ਲੱਸੀ ਹੈਗੀ ਆ ਵੀਰੇ ਲੱਸੀ। ਵੀਰ ਜੀ ਇਹਦਾ ਜਵਾਬ ਦੇਗਾ, ਕਹਿੰਦਾ ਬਾਈ ਲੱਸੀ ਹੈ ਨਹੀਂ। ਅੱਗੇ ਵੀਰੇ ਮਿਲ ਜੂ, ਅੱਗੇ ਦੇਖ ਰਹੇ ਹਾਂ ਵੀਰੇ। ਸੋ ਹੌਲੀ ਹੌਲੀ ਅੱਗੇ ਵੱਧ ਰਹੇ ਹਾਂ ਬਾਈ, ਅੱਗੇ ਜਾ ਕੇ ਤੁਹਾਨੂੰ ਫਿਰ ਦਿਖਾਉਂਦੇ ਹਾਂ ਕੀ ਪ੍ਰੋਗਰਾਮ ਅੱਗੇ। ਬਾਕੀ ਫੁੱਲ ਸਵਾਦ ਆ ਰਿਹਾ ਵੀਰੇ, ਥੱਲੇ ਉੱਤਰ ਚੱਲ ਉੱਤਰ ਗਏ ਹਾਂ ਥੱਲੇ ਵੀਰੇ, ਅੱਗੇ ਆ ਨਦੀ। ਸੋ ਇਹ ਕਹਿੰਦੇ ਫੋਟੋਆਂ ਖਿੱਚਣੀਆਂ ਨੇ, ਆਪਾਂ ਚੱਲਣ ਲੱਗਿਆ ਫੋਟੋਆਂ ਖਿੱਚਣਾ, ਫੋਟੋਆਂ ਖਿੱਚ ਕੇ ਫਿਰ ਵਾਪਸੀ ਕਮਰੇ ਨੂੰ ਜਾਵਾਂਗੇ। ਬਹੁਤ ਨਹੀਂ ਮੈਂ ਵੀਰੇ, ਆਪਾਂ ਨੂੰ ਸਿੱਧਾ ਜਾਣਾ ਪੈਣਾ। ਸੋ ਆਪਾਂ ਵੀਰੇ ਅੱਜ ਤੁਹਾਨੂੰ ਅੱਗੇ ਵੀ ਦਿਖਾਵਾਂਗੇ, ਅੱਜ ਅਸੀਂ ਅੱਗੇ ਦਾ ਟੂਰ ਵੀ ਪਲੈਨ ਹੈਗਾ ਸਾਡਾ, ਅੱਗੇ ਵੀ ਅਸੀਂ ਜਾਣਾ ਤੁਹਾਨੂੰ ਦਿਖਾਵਾਂਗੇ ਵੀਡੀਓ 'ਤੇ। ਪੈਰਾਗਲਾਈਡਿੰਗ ਆਪਾਂ ਕਰਨੀ ਸੀ, ਆਪਣਾ ਦਿਲ ਨਹੀਂ ਪਿਆ, ਆਦਰ ਨੂੰ ਤੇ ਮਣੀ ਨੂੰ ਚਾਅ ਸੀਗਾ, ਉਹ ਚੜਾ ਦੇ ਫਿਰ ਤਾਂ ਆਹ ਤੇ ਫਿਰਦੇ ਉੱਤੇ ਦੇਖ ਮਾਰਨੇ ਆ ਮੜੀ ਗਿਰ ਚੀਕਾਂ ਸੋਨੀਆਂ ਵੀਰੇ, ਤੁਹਾਨੂੰ ਚੀਕ ਸੋਨੀਆਂ ਮਿਲਾਏ ਇਹਦੇ ਵਿੱਚ, ਤੁਹਾਨੂੰ ਚੀਕਾਂ ਸੋਨੀਆਂ ਅੰਦਰ ਦੀ ਉੱਤੋਂ ਆਵੇ, ਆ ਜਾ ਆ ਥੱਲੇ ਆ ਜਾ ਉੱਤੇ ਡੁੱਗੂ ਭੱਜਣ ਵਾਲੇ ਤੁਸੀਂ।
लो मेरा वीर थानू सारे दोबारा आप फिर आप जुड़ चुके हैं अपने इसे मनाली च हम थो दस रहे हिसाब सो किया कम आउट ऑफ बजट चल रहा है ਚਾਰ ਹਜ਼ਾਰ ਦੀ ਤੇ ਉਹ ਹੁਣ ਆਪਣੀ ਬਾਈ ਹੁਣੀ ਤੋੜ ਰਹੇ ਨੇ ਆਪਣੀ ਚਾਰ ਹਜ਼ਾਰ ਰੁਪਈਏ ਵਾਲੀ ਦੱਸ ਦੱਸਣਾ ਦੱਸ ਕੀ ਕਹਿਣਾ ਚਾਹੋਗੇ ਆਪਣੀ ਬਾਰੇ ਮਨਾਲੀ ਫਿਰਦੇ ਅਸੀਂ ਪਿੰਡ ਵਾਪਸ ਜਾਣਾ ਸੀ ਲੱਗਦਾ ਪਿਛਲੀ ਵੀਡੀਓ ਚ ਉਹ ਨੀ ਪਾਇਆ ਸੀ ਕਹੂੰਗਾ ਮੁੜਨਾ ਪੈਣਾ ਮਾੜੇ ਹਾਲਾਤ ਨੇ ਐਫੜੀਆਂ ਟੁੱਟ ਗਈਆਂ ਦੇਖ 2000 ਰੁਪਏ ਦੀ ਐਫੜੀ ਸੀਗੀ ਇਹ ਪੈਸੇ ਬਣਨੇ ਸੀਗੇ 24,644 ਰੁਪਏ ਬਣਨੇ ਸੀਗੇ ਤੇ ਆਹ ਸਾਲ ਹੁਣ ਬ੍ਰੇਕ ਦਿਸ ਡਿਪੋਜ਼ਿਟ ਤੁਹਾਨੂੰ ਸਾਰਾ ਵੀ ਦਿਖਾਵਾਂਗੇ HDFC ਬੈਂਕ ਦਾ ਚੋਰ ਜੇਬਾਂ ਵੀ ਅਸੀਂ ਤਾਂ ਇੱਕ ਮੁੱਕ ਦੀ ਗੱਲ ਆ ਚੋਰ ਜੇਬਾਂ ਵੀ ਸਾਰੀਆਂ ਖਾਲੀ ਕਰਤੀਆਂ ਲਓ ਵੀ ਮੇਰੇ ਵੀਰੋ ਹੁਣ ਮਨਾਲੀ ਤੋਂ ਰਵਾਨਾ ਹੋ ਰਹੇ ਨੇ ਗੱਭਰੂ ਪੁੱਛ ਕਰ ਰਹੇ ਆ ਆ ਦੇਖ ਇਧਰ ਇੰਨੇ ਬਿੱਲ ਫੜਾ ਦੇ ਕਿੱਧਰ ਗਿਆ ਸਾਈ ਇਹ ਸਵਾਦ ਵੀਰੇ ਆਪਾਂ ਵੀ ਲੈਣਾ ਬਸ ਚੰਦ ਮਿੰਟਾਂ ਦੀ ਦੇਰ ਹੈ ਬਾਬੇ ਉਹ 10 ਮਿੰਟ ਹੋ ਗਏ ਆਪਾਂ ਨੂੰ ਵੇਟ ਕਰਦਿਆਂ ਨੂੰ ਤੇ ਸਾਡਾ ਡਰਾਈਵਰ ਪਹੁੰਚ ਚੁੱਕਿਆ ਹੈ ਸਾਡਾ ਡਰਾਈਵਰ ਬਾਈ ਕਹਿੰਦਾ ਆ ਗਏ ਪਹੁੰਚਿਆ ਸਾਡੇ ਬੈਗ ਆ ਗਏ ਵੀਰੇ
ਇਹ ਸਾਨੂੰ ਬੈਗ ਦਿੱਤੇ ਨੇ ਵੀਰੇ ਪਾ ਕੇ ਚਾਹੇ ਕੁਛ ਹੈ ਬਾਈ ਹੈਲਮਟ ਤਾਂ ਕੋਈ ਵੀ ਨਹੀਂ ਹੈਗਾ ਵੀਰੇ ਸਾਨੂੰ ਹੈਲਮਟ ਵੀ ਲਿਆ ਤੇਜ਼ਰ ਨਾਲ ਉਹ ਸਾਡਾ ਡਰਾਈਵਰ ਫਿਰ ਭੱਜ ਗਿਆ ਮਸਾਂ ਦਾ ਵਿਚਾਰਾ ਪਹੁੰਚਿਆ ਸੀ ਉਹ रेस नप दी किली नपती मेनू ना आ देख के मेनू जमी पानी बेकार पग सुकनी जिन्ना का फ्लैट दे चंडीगढ़ वाला कहिंदे उन्नी जगह च पाई पग सुकनी है मेरे वीरो अपनी सारिया अमली हुनी विकड़े विच खड़े ने लाए मुंडे ना तेन तेने मुंडे हुणी हुण लगे भाई अपना काम कर लगे पग्गा पग्गा सुक रही नहीं है चंडीगढ़ वाला उन्नी जगह पग सुकनी बाबे फुल सवाल आ रहा फुल कद्दू नहीं करना जो पानी कढ रहे ने पौंक पौंक जिन्ना का फलैट तेरा चंडीगढ़ वाला पाइए पग सुकनी हां बहुत वधिया फील हो रहा है।